ਰਹੇ, ਪਰ ਤੁਹਾਡੇ ਵਾਈਫ ਨੇ ਜਿਹੜੀ ਵੱਡੀ ਉਪਲਬਧੀ ਕੀਤੀ ਹੈ, ਨਿਯੁਕਤੀ ਪੱਤਰ ਵੀ ਮਿਲਣ ਜਿਹੜਾ ਜਾ ਰਿਹਾ। ਸਰ ਦੇਖੋ, ਮਿਹਨਤ ਤਾਂ ਬੱਚੇ ਨੂੰ ਕਰਨੀ ਪੈਂਦੀ ਹੈ, 10 ਸਾਲ ਦੀ ਮਿਹਨਤ ਹੈ ਬੱਚੇ ਦੀ ਜੀ, ਉਹਨਾਂ ਦੀ ਜੀ 10 ਸਾਲ ਤੋਂ ਲੱਗੇ ਹੋਏ ਸੀ ਉਹ। ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਉਪਰਾਲੇ ਉਪਰੰਤ ਇਹ ਪੋਸੀਬਲ ਹੋ ਪਾਇਆ ਕਿ ਉਹ ਅੱਜ ਨਿਯੁਕਤੀ ਪੱਤਰ ਪ੍ਰਾਪਤ ਕਰ ਪਾ ਰਹੇ ਨੇ, ਨਹੀਂ ਤਾਂ ਸ਼ਾਇਦ ਪੁਰਾਣੀਆਂ ਸਰਕਾਰਾਂ ਜਾਂ ਪੁਰਾਣੇ ਸਿਸਟਮ ਉਹਨਾਂ ਨੂੰ ਇਹ ਦੇ ਨਹੀਂ ਪਾ ਰਹੀਆਂ ਸੀ ਜੋ ਚੀਜ਼ਾਂ ਹੁਣ ਮਿਲ ਰਹੀਆਂ ਨੇ ਸਾਨੂੰ। ਆਪਣੇ ਮੇਰਾ ਬੱਚਾ ਵੀ ਨਾਲ ਹੀ ਇਹਨਾਂ ਦੇ ਰਿਪ੍ਰੈਜੈਂਟ ਹੈ ਜੀ, ਉਹ ਵੀ ਦੇਖਣ ਆਏ ਹੋਏ ਆ। ਸਰ ਇਹ 3 ਦਿਨ ਦੀ ਸੀ ਜਿਸ ਦਿਨ ਅਸੀਂ ਇੰਟਰਵਿਊ ਦੇਣ ਗਏ ਹਾਂ ਜੀ। ਓਕੇ, ਬੱਚੇ ਦਾ ਇੰਟਰਵਿਊ ਜਿਸ ਦਿਨ ਅਸੀਂ ਕਰਾਉਣ ਗਏ ਉਸ ਦਿਨ 3 ਦਿਨ ਦੀ ਸੀ ਬੱਚੀ ਜੀ। ਓਕੇ, ਜਦੋਂ ਸਾਡਾ ਇੰਟਰਵਿਊ, ਹਾਂਜੀ ਹਾਂ ਬਿਲਕੁਲ। ਓਕੇ, ਇਸ ਕਰਕੇ ਤਾਂ ਨਾਲ ਹੀ ਚੱਲ ਰਹੀ ਹੈ ਜਿੱਦਣ ਦਾ ਸਾਡਾ ਪ੍ਰੋਸੈਸ ਚੱਲ ਰਿਹਾ ਜੀ। ਮਤਲਬ ਲੱਕੀ ਬੇਬੀ ਸਾਹਿਬ। ਬਿਲਕੁਲ ਜੀ ਬਿਲਕੁਲ, ਸਾਡਾ ਪਹਿਲਾ ਬੇਬੀ ਤੇ ਸਭ ਤੋਂ ਲੱਕੀ ਇਹੀ ਸਿਸਟਮ ਚੱਲ ਰਿਹਾ ਸਾਡੇ ਲਈ ਜੀ। ਮੈਂ ਸਮਝਦਾ, ਵੈਸੇ ਮੈਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ, ਡਿਸਟ੍ਰਿਕਟ ਸੰਗਰੂਰ ਦਾ ਪ੍ਰੈਜੀਡੈਂਟ ਵੀ ਰਿਹਾ, ਲੇਕਿਨ ਮੈਂ ਮਾਨ ਸਾਹਿਬ ਵੀ ਸਾਡੇ ਇਲਾਕੇ ਦੇ ਨੇ। ਮੈਂ ਕਹੂੰਗਾ ਵੀ ਬਹੁਤ ਵਧੀਆ ਮਾਨ ਸਾਹਿਬ ਨੇ ਕੀਤਾ, ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ ਪਹਿਲਾਂ ਜੋ ਸੀਗਾ, ਲੇਕਿਨ ਮਾਨ ਸਾਹਿਬ ਨੇ ਬਿਲਕੁਲ ਹੀ ਕਲੀਅਰ, ਬਿਨਾਂ ਕਿਸੇ ਪੈਸੇ ਦੇ ਲੈਣ ਦੇਣ ਤੋਂ ਜਾਂ ਕਿਸੇ ਵੀ ਪੱਖਪਾਤ ਤੋਂ, ਬਿਨਾਂ ਕਿਸੇ ਉਸ ਚੀਜ਼ ਤੋਂ ਇਹ ਨਿਯੁਕਤੀਆਂ ਦਿੱਤੀਆਂ ਨੇ। ਫਲੋਰ ਦੇ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੇ ਨਿਯੁਕਤੀ ਪੱਤਰ ਵੰਡੇ ਜਾ ਰਹੇ ਆ, ਕੁਛ ਪਰਿਵਾਰ ਵੀ ਸਾਡੇ ਨਾਲ ਮੌਜੂਦ ਨੇ। ਕਿਸੇ ਦੀ ਧੀ ਅਤੇ ਕਿਸੇ ਦੀ ਪਤਨੀ ਜਿਹੜੇ ਅੱਜ ਨਿਯੁਕਤੀ ਪੱਤਰ ਲੈਣ ਲਈ ਆਏ ਆ, ਉਹ ਪਰਿਵਾਰ ਸਾਡੇ ਨਾਲ ਇਸ ਵਕਤ ਮੌਜੂਦ ਨੇ। ਪਹਿਲਾਂ ਤਾਂ ਗੱਲਬਾਤ ਕਰ ਲੈਂਦੇ ਹਾਂ ਜਿਹਨਾਂ ਦੇ ਵਾਈਫ ਨੂੰ ਇਹ ਨਿਯੁਕਤੀ ਪੱਤਰ ਮਿਲਣ ਜਾ ਰਿਹਾ। ਬਹੁਤ ਬਹੁਤ ਮੁਬਾਰਕਾਂ ਸਰ। ਥੈਂਕ ਯੂ ਸੋ ਮਚ। ਆਪਣੇ ਕੀ ਨਾਮ ਹੈ, ਕਿਹੜਾ ਤੁਹਾਡਾ ਸ਼ਹਿਰ ਹੈ, ਕਿੱਥੋਂ ਹੈ? ਮੇਰਾ ਨਾਮ ਆਸ਼ੀਸ਼ ਹੈ ਜੀ, ਮੇਰੀ ਵਾਈਫ ਦਾ ਨਾਮ ਦੀਪਕ ਸਿੰਗਲਾ, ਐਡਵੋਕੇਟ। ਉਹਨਾਂ ਨੂੰ ਡੀ ਡੀ ਏ ਦੀ ਪੋਸਟ 'ਤੇ ਮਤਲਬ ਨਿਯੁਕਤੀ ਪੱਤਰ ਮਿਲਣ ਜਾ ਰਿਹਾ ਹੈ। ਉਹ ਸੰਗਰੂਰ ਤੋਂ ਬਿਲੋਂਗ ਕਰਦੇ ਨੇ, ਮੈਂ ਵੀ ਸੰਗਰੂਰ ਤੋਂ ਬਿਲੋਂਗ ਕਰ ਰਿਹਾ, ਅਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਸਾਨੂੰ ਇਸ ਮੌਕੇ 'ਤੇ ਪਹੁੰਚਾ ਰਹੀ ਹੈ ਕਿ ਅਸੀਂ ਨਿਯੁਕਤੀ ਪੱਤਰ ਦਾ ਜਿਹੜਾ ਪ੍ਰੋਸੈਸ ਹੈ ਅਸੀਂ ਦੇਖ ਵੀ ਪਾ ਰਹੇ ਹਾਂ ਲਾਈਵ। ਠੀਕ ਹੈ ਨਾ, ਥੈਂਕ ਯੂ ਸੋ ਮਚ। ਕਿੰਨਾ ਕੁ ਮਿਹਨਤ, ਕਿੰਨੀ ਕੁ ਮਿਹਨਤ ਕਰਨੀ ਪਈ ਹੈਗੀ ਹੈ? ਕਿਉਂਕਿ ਕਹਿੰਦੇ ਹੈ ਕਿ ਰੁਜ਼ਗਾਰ ਨਹੀਂ ਮਿਲਦਾ, ਇਹੋ ਜਿਹੀ ਅਫਵਾਹਾਂ, ਜਾਂ ਕਹਿ ਦਈਏ ਜਾਂ ਜਿਹੜੇ ਨੌਜਵਾਨ ਪੀੜ੍ਹੀ ਹੈ ਵਿਦੇਸ਼ ਵੱਲ ਨੂੰ ਰੁੱਖ ਜ਼ਿਆਦਾ ਕਰਦੀ ਹੈਗੀ ਹੈ, ਦੁਆਬਾ, ਮਾਝਾ, ਮਾਲਵਾ, ਹੁਣ ਤਾਂ ਜਿਹੜਾ ਰੁਝਾਨ ਹੈ ਜਿਹੜਾ ਵਿਦੇਸ਼ਾਂ ਨੂੰ ਜਹਾਜ਼ ਭਰ ਕੇ ਜਾ ਰਹੇ, ਪਰ ਤੁਹਾਡੇ ਵਾਈਫ ਨੇ ਜਿਹੜੀ ਇੱਡੀ ਵੱਡੀ ਉਪਲਬਧੀ ਕੀਤੀ ਹੈ, ਨਿਯੁਕਤੀ ਪੱਤਰ ਵੀ ਮਿਲਣ ਜਿਹੜਾ ਜਾ ਰਿਹਾ। ਸਰ ਦੇਖੋ, ਮਿਹਨਤ ਤਾਂ ਬੱਚੇ ਨੂੰ ਕਰਨੀ ਪੈਂਦੀ ਹੈ, 10 ਸਾਲ ਦੀ ਮਿਹਨਤ ਹੈ ਬੱਚੇ ਦੀ ਜੀ, ਉਹਨਾਂ ਦੀ ਜੀ 10 ਸਾਲ ਤੋਂ ਲੱਗੇ ਹੋਏ ਸੀ ਉਹ। ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਉਪਰਾਲੇ ਉਪਰੰਤ ਇਹ ਪੋਸੀਬਲ ਹੋ ਪਾਇਆ ਕਿ ਉਹ ਅੱਜ ਨਿਯੁਕਤੀ ਪੱਤਰ ਪ੍ਰਾਪਤ ਕਰ ਪਾ ਰਹੇ ਨੇ, ਨਹੀਂ ਤਾਂ ਸ਼ਾਇਦ ਪੁਰਾਣੀਆਂ ਸਰਕਾਰਾਂ ਜਾਂ ਪੁਰਾਣੇ ਸਿਸਟਮ ਉਹਨਾਂ ਨੂੰ ਇਹ ਦੇ ਨਹੀਂ ਪਾ ਰਹੀਆਂ ਸੀ ਜੋ ਚੀਜ਼ਾਂ ਹੁਣ ਮਿਲ ਰਹੀਆਂ ਨੇ ਸਾਨੂੰ। ਅੱਛਾ, ਨਾਲ ਤੁਹਾਡੇ ਨਾਲ ਮੇਰੇ ਫਾਦਰ ਇਨ ਲਾਅ ਸਾਹਿਬ ਨੇ ਅਤੇ ਮਦਰ ਇਨ ਲਾਅ ਨੇ, ਇਹਨਾਂ ਦੀ ਬੇਟੀ ਹੈ ਜੀ, ਉਹ ਮੇਰੀ ਬੇਟੀ, ਉਹਨਾਂ ਦੀ ਮਤਲਬ ਮੇਰੀ ਵਾਈਫ ਦੀ ਬੇਟੀ, ਮਤਲਬ ਆਪਣੇ ਮੇਰਾ ਬੱਚਾ ਵੀ ਨਾਲ ਹੀ ਇਹਨਾਂ ਦੇ ਰਿਪ੍ਰੈਜੈਂਟ ਹੈ ਜੀ, ਉਹ ਵੀ ਦੇਖਣ ਆਏ ਹੋਏ ਆ। ਸਰ ਇਹ 3 ਦਿਨ ਦੀ ਸੀ ਜਿਸ ਦਿਨ ਅਸੀਂ ਇੰਟਰਵਿਊ ਦੇਣ ਗਏ ਹਾਂ ਜੀ। ਓਕੇ, ਬੱਚੇ ਦਾ ਇੰਟਰਵਿਊ ਜਿਸ ਦਿਨ ਅਸੀਂ ਕਰਾਉਣ ਗਏ ਉਸ ਦਿਨ 3 ਦਿਨ ਦੀ ਸੀ ਬੱਚੀ ਜੀ ਸਾਡੀ, ਹਾਂਜੀ ਹਾਂ ਬਿਲਕੁਲ। ਓਕੇ, ਇਸ ਕਰਕੇ ਤਾਂ ਨਾਲ ਹੀ ਚੱਲ ਰਹੀ ਹੈ ਜਿੱਦਣ ਦਾ ਸਾਡਾ ਪ੍ਰੋਸੈਸ ਚੱਲ ਰਿਹਾ ਜੀ। ਮਤਲਬ ਲੱਕੀ ਬੇਬੀ ਸਾਹਿਬ। ਬਿਲਕੁਲ ਜੀ ਬਿਲਕੁਲ, ਸਾਡਾ ਪਹਿਲਾ ਬੇਬੀ ਤੇ ਸਭ ਤੋਂ ਲੱਕੀ ਇਹੀ ਸਿਸਟਮ ਚੱਲ ਰਿਹਾ ਸਾਡੇ ਲਈ ਜੀ। ਅੱਛਾ, ਮੈਰਿਜ ਨੂੰ ਕਿੰਨੇ ਸਾਲ ਹੋ ਗਏ? 2 ਸਾਲ ਹੋ ਗਏ ਜੀ। ਅੱਛਾ ਜੀ, ਹਾਂਜੀ ਹਾਂ, ਫਿਰ ਡਬਲ ਖੁਸ਼ੀਆਂ ਆ ਗਈਆਂ ਮਤਲਬ ਘਰ ਦੇ ਵਿੱਚ। ਸਰਦਾਰ ਜੀ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ। ਇੱਕ ਧੀ ਕੋਲ ਹੈ, ਇੱਕ ਧੀ ਉਪਲਬਧੀ ਲੈਣ ਅੱਜ ਡਿਗਰੀ ਹਾਸਲ ਕਰਨ ਜਾ ਰਹੀ ਹੈ ਜੀ। ਦੇਖੋ, ਬਹੁਤ ਅੱਛੀ ਗੱਲ ਹੈ। ਮੈਂ ਸਮਝਦਾ, ਵੈਸੇ ਮੈਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ, ਡਿਸਟ੍ਰਿਕਟ ਸੰਗਰੂਰ ਦਾ ਪ੍ਰੈਜੀਡੈਂਟ ਵੀ ਰਿਹਾ, ਲੇਕਿਨ ਮੈਂ ਮਾਨ ਸਾਹਿਬ ਵੀ ਸਾਡੇ ਇਲਾਕੇ ਦੇ ਨੇ। ਮੈਂ ਕਹੂੰਗਾ ਵੀ ਬਹੁਤ ਵਧੀਆ ਮਾਨ ਸਾਹਿਬ ਨੇ ਕੀਤਾ, ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ ਪਹਿਲਾਂ ਜੋ ਸੀਗਾ,
ਲੇਕਿਨ ਮਾਨ ਸਾਹਿਬ ਨੇ ਬਿਲਕੁਲ ਹੀ ਕਲੀਅਰ ਬਿਨਾਂ ਕਿਸੇ ਪੈਸੇ ਦੇ ਲੈਣ ਦੇਣ ਤੋਂ ਜਾਂ ਕਿਸੇ ਵੀ ਪੱਖਪਾਤ ਤੋਂ ਬਿਨਾਂ ਕਿਸੇ ਉਸ ਚੀਜ਼ ਤੋਂ ਇਹ ਨਿਯੁਕਤੀਆਂ ਦਿੱਤੀਆਂ ਨੇ। ਅੱਛਾ, ਲੀਡਰਾਂ ਨੂੰ ਇਹ ਗੱਲ ਕਹਿਣੀ ਬੜੀ ਕਹਿ ਦਈਏ ਕਿ ਔਖੀ ਲੱਗਦੀ ਹੈ ਕਿਸੇ ਦੂਜੀ ਸਰਕਾਰ ਦੀ ਤਾਰੀਫ ਕਰਨਾ, ਪਰ ਤੁਸੀਂ ਬੜੇ ਦਿਲ ਖੋਲ੍ਹ ਕੇ ਅਜੇ ਤਾਰੀਫ ਕਰ ਰਹੇ ਹਾਂ ਮਾਨ ਸਾਹਿਬ ਦੀ ਕਿ ਉਹਨਾਂ ਨੇ ਜਿਹੜਾ ਹੈ ਉਪਲਬਧੀ ਦਿੱਤੀ ਬਿਨਾਂ ਮਤਲਬ ਕੋਈ ਪੈਸੇ ਦੇ, ਕਿਉਂਕਿ ਪਹਿਲਾਂ ਇਹ ਐਲੀਗੇਸ਼ਨ ਲੱਗਦੇ ਰਹੇ ਆ ਕਿ ਜਿਹੜੇ ਭਰਤੀਆਂ ਹੁੰਦੀਆਂ ਜਾਂ ਕੋਈ ਜੋਬ ਮਿਲਦੀ ਸਰਕਾਰੀ ਨੌਕਰੀ ਮਿਲਦੀ ਆ ਉਹਦੇ ਵਿੱਚ ਲੈਣ ਦੇਣ ਕਰਕੇ ਜਿਹੜਾ ਇਹ ਪੋਸਟਾਂ ਜਿਹੜੀਆਂ ਮਿਲਦੀਆਂ। ਹੁਣ ਤੁਹਾਨੂੰ ਕੀ ਲੱਗਦਾ ਤੁਹਾਡੇ ਪੈਸੇ ਲੱਗੇ ਜਾਂ ਨਹੀਂ ਲੱਗੇ? ਦੇਖੋ, ਇਹ ਗੱਲ ਮੈਂ ਖੁੱਲ੍ਹ ਕੇ ਕਹੂੰਗਾ ਵੀ ਮਾਨ ਸਾਹਿਬ ਨੇ ਬਿਨਾਂ ਕਿਸੇ ਲੈਣ ਦੇਣ ਤੋਂ ਜਿਹੜੀਆਂ ਪਿਛਲੀਆਂ ਸਰਕਾਰਾਂ ਕਰ ਰਹੀਆਂ, ਮੈਨੂੰ ਕੋਈ ਚਿਸਕ ਨਹੀਂ ਹੈਗੀ, ਪਿਛਲੀਆਂ ਸਰਕਾਰਾਂ ਜੋ ਕਰਦੀਆਂ ਰਹੀਆਂ ਨੇ, ਲੇਕਿਨ ਮਾਨ ਸਾਹਿਬ ਨੇ ਕਿਸੇ ਵੀ ਉਸ ਤੋਂ ਕੋਈ ਵੀ ਇੱਕ ਸਿੰਗਲ ਰੁਪਿਆ ਕਿਸੇ ਦਾ ਖਰਚ ਨਹੀਂ ਹੋਇਆ ਕਿਸੇ ਵੀ ਕੈਂਡੀਡੇਟ ਦਾ। ਅਤੇ ਲੇਕਿਨ ਬਿਲਕੁਲ ਇਹ ਮੈਂ ਪਹਿਲੀ ਵਾਰੀ ਦੇਖ ਰਿਹਾ, ਮੇਰੀ ਵੀ 66 ਸਾਲ ਦੀ ਉਮਰ ਹੋ ਗਈ, ਲੇਕਿਨ ਜੋ ਅੱਗੇ ਸਰਕਾਰਾਂ ਕਰਦੀਆਂ ਨੇ, ਲੇਕਿਨ ਜੋ ਮਾਨ ਸਾਹਿਬ ਨੇ ਕੀਤਾ ਹੈ ਬਿਲਕੁਲ ਹੀ ਵੇਅਰ ਕੀਤਾ ਹੈਗਾ। ਸਿਫਾਰਿਸ਼ ਵੀ ਨਹੀਂ, ਕੋਈ ਸਿਫਾਰਿਸ਼ ਨਹੀਂ, ਕੋਈ ਕਿਸੇ ਕਿਸਮ ਦੀ ਕੋਈ ਸਿਫਾਰਿਸ਼ ਨਹੀਂ ਮਾਨ ਸਾਹਿਬ ਨੂੰ। ਠੀਕ ਹੈ, ਸਾਡੇ ਇਲਾਕੇ ਦੇ ਨੇ, ਕੋਈ ਸਿਫਾਰਿਸ਼ ਨਹੀਂ ਹੈਗੀ ਬਿਨਾਂ ਸਿਫਾਰਿਸ਼ ਤੋਂ। ਮੈਂ ਤੁਹਾਨੂੰ ਦੇ ਰਿਹਾ, ਮੈਂ ਜ਼ਿਲ੍ਹਾ ਪ੍ਰੈਜੀਡੈਂਟ ਰਿਹਾ ਕਾਂਗਰਸ ਪਾਰਟੀ ਦਾ, ਹੁਣ ਪਿੱਛੇ ਜੀ ਮੈਂ ਰਿਜ਼ਾਈਨ ਦਿੱਤਾ। ਕੋਈ ਇਹ ਨਹੀਂ ਹੈ ਕਿ ਮੈਂ ਕਾਂਗਰਸ ਪਾਰਟੀ ਤੋਂ ਨਾਰਾਜ਼ ਹਾਂ, ਲੇਕਿਨ ਜੋ ਸੱਚ ਹੈ ਉਹ ਸੱਚ ਤਾਂ ਕਹਿਣਾ ਜ਼ਰੂਰੀ ਹੈ। ਜੋ ਬੰਦਾ ਚੰਗਾ ਕੰਮ ਕਰਦਾ, ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ, ਤਾਂ ਉਹਨੂੰ ਤਾਂ ਐਪਰੀਸ਼ੀਏਟ ਕਰਨਾ ਜ਼ਰੂਰੀ ਹੈਗਾ, ਕੰਮ ਦੀ ਤਾਰੀਫ ਹੋਣੀ ਚਾਹੀਦੀ ਹੈ। ਬਿਲਕੁਲ ਹੋਣੀ ਚਾਹੀਦੀ ਹੈ, ਜੋ ਕੰਮ ਕਰਦੇ ਨੇ ਮਾਨ ਸਾਹਿਬ ਵਧੀਆ ਕਰਦੇ ਨੇ, ਮੈਂ ਤਾਂ ਉਹਨਾਂ ਦੀ ਤਾਰੀਫ ਕਰਦਾ, ਰੱਜ ਕੇ ਤਾਰੀਫ ਕਰਦਾ। ਚਲੋ, ਮਦਰ ਵੀ ਆਏ ਹੋਏ ਆ, ਅਤੇ ਅੱਜ ਬੜੇ ਵੱਡੇ ਦਿਨ ਹੈਗਾ, ਦੋ ਧੀ ਹੱਥ ਦੇ ਵਿੱਚ ਫੜੀ ਹੋਈ ਹੈ, ਧੀ ਜਿਹੜੀ ਹੈ ਤੁਹਾਡੀ ਅੱਜ ਨਿਯੁਕਤੀ ਪੱਤਰ ਲੈਣ ਜਾ ਰਹੀ ਹੈ, 10 ਸਾਲ ਦੀ ਦੱਸਦੇ ਪਏ ਮਿਹਨਤ ਆ, 2 ਸਾਲ ਵਿਆਹ ਨੂੰ ਹੋਏ ਹੈ, ਅੱਜ ਦੁਬਾਰਾ ਲੱਗਦਾ ਵਿਆਹ ਵਾਲਾ ਮਾਹੌਲ ਘਰ ਦੇ ਵਿੱਚ ਹੋਊਗਾ ਜਸ਼ਨ ਵਾਲਾ? ਹਾਂਜੀ, ਵਿਆਹ ਵਾਲਾ ਮਾਹੌਲ ਹੀ ਹੈ ਜੀ, 10 ਸਾਲ ਹੋ ਗਏ ਬੇਟੀ ਮਿਹਨਤ ਕਰਦੀ ਨੂੰ, ਅੱਜ ਮਿਹਨਤ ਕਰਦੀ ਤਾਂ ਬੇਟੀ ਨੂੰ ਬੜਾ ਫਲ ਮਿਲਿਆ ਗਾ, ਅਤੇ ਅੱਜ 10 ਸਾਲ ਹੋ ਗਏ ਫਲ ਪਕਾਉਂਦੀ ਨੂੰ, ਅੱਜ ਝੋਲੀ 'ਚ ਫਲ ਪਏਗਾ। ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦੇ ਸੀ, ਪਰ ਜਿਹੜਾ ਬਿਨਾਂ ਕੋਈ ਪੈਸੇ ਬਿਨਾਂ ਕੋਈ ਸਿਫਾਰਿਸ਼ ਤੋਂ ਜਿਹੜੀ ਇਹ ਨੌਕਰੀ ਜਿਹੜੀ ਅੱਜ ਦਿੱਤੀ ਜਾ ਰਹੀ, ਨਿਯੁਕਤੀ ਪੱਤਰ ਜਿਹੜੇ ਵੰਡੇ ਜਾ ਰਹੇ, ਉਹ ਬਿਨਾਂ ਕਿਸੇ ਝਿਜਕ ਤੋਂ ਸਰਕਾਰ ਦੀ ਜਿਹੜੇ ਤਾਰੀਫ ਵੀ ਕਰ ਰਹੇ, ਤੇ ਮਾਨ ਸਾਹਿਬ ਦੇ ਜਿਹੜੇ ਉਹਨਾਂ ਨੇ ਤਾਰੀਫਾਂ ਦੇ ਜਿਹੜੇ ਪੁੱਲ ਵੀ ਬਣੇ ਕਿ ਬਿਨਾਂ ਕਿਸੇ ਸਿਫਾਰਿਸ਼ ਤੇ ਬਿਨਾਂ ਕਿਸੇ ਪੈਸੇ ਤੋਂ ਜਿਹੜੇ ਇਹ ਨਿਯੁਕਤੀ ਪੱਤਰ ਜਿਹੜੇ ਅੱਜ ਦਿੱਤੇ ਜਾ ਰਹੇ ਆ। ਪਵਨ ਦੇ ਨਾਲ ਮਨੀਸ਼ ਬਾਬਾ ਫਲੋ।